ਪਹਿਲਾਂ ਖਾਓ ਚਮਚੇ ਪਾ ਕੇ ਖਵਾ ਲਓ ਪਹਿਲਾਂ ਬਾਅਦ ਕਰ ਜੀ ਖਾ ਗਿਆ ਠੀਕ ਹੈ ਨਾ ਬਾਦੋ ਖਵਾ ਦਿਓ ਪਲੋ ਤੁਮ ਹਲੋ ਥੋੜੀ ਜਿਹੀ ਪਾ ਕੇ ਲਾ ਕੇ ਰੱਖੋ ਬਸ ਇਹ ਦੇਖੋ ਦਹੀਂ ਪਾ ਮਸਾਲੇ ਵਿੱਚ ਓ ਮੂੰਹ ਨਹੀਂ ਖੜਾ ਥੋੜਾ ਜਿਹਾ ਡੋਗਦਾ ਸੀ ਭਾਈਆ ਤੂੰ ਵੀ ਲਾ ਕੇ ਖਲੋ ਜਾ ਠੀਕ ਆ ਫੜਾ ਦੋ ਅੰਟੀ ਜੀ ਆਓ ਨਾਲ ਜੀ ਫੋਟੋ ਲੈ ਲਓ ਉਹਦੇ ਨਾਲ ਪਿੱਛੇ ਹੋਏ ਥੋੜੇ ਪਿੱਛੇ ਨਾਲ ਪਿੱਛੇ ਹੋ ਪਿੱਛੇ ਪਿੱਛੇ ਨਾਲ ਠੀਕ ਹੈ ਸਿਰਫ ਲਿਖਣ ਰਾਜੇ ਸਾਰੇ ਦੇਖਿਓ ਸਾਰੇ ਚਲੋ ਚਲੋ ਅਰੋ ਹਾਂ ਅਣਗਿਲ ਬੈਠੇ ਲਾ ਮੱਥਾ ਟੇਕ ਕੇ ਆਣ ਕੇ ਮੱਥਾ ਟੇਕ ਕੇ ਆਣ ਕੇ ਨਹੀਂ
ਆਪਣੇ ਦਾਰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਦਰ ਕਰਦੇ ਪ੍ਰੀਤੋਨ ਭਾਈ ਰਾਜਵਿੰਦਰ ਸਿੰਘ ਦਾ ਮਾਰੇ ਨੰਦਕਾਰ ਹੋਣ ਹਵਾ ਸੱਚੇ ਪਾਤਸ਼ਾਹ ਦੀ ਸਾਰੀ ਦੁਨੀਆਂ ਆਦਮੀ ਚਰਨਾਂ ਤੋਂ ਪਹਿਲਾਂ ਹਾਜ਼ਰ ਹੋਏ ਨੇ। ਕਿਰਪਾ ਕਰਨ ਲਈ ਮਾਂ ਰਾਹ ਪੈਣੇ ਸਹਾਈ ਹੋਣ, ਸਿਰ 'ਤੇ ਮਿਹਰ ਕਿਰਤ ਰੱਖਣਾ ਸੇਵਕਾਂ ਦੇ ਅਰੰਭੇ ਕਾਰਜ, ਆਪ ਦੀਆਂ ਨੇ ਅੰਗ ਸੰਗ ਸਹਾਈ ਹੋ ਕਰਕੇ ਰਾਸ ਕਰਾਉਣੇ, ਦਰੋਂ ਕਰੋ ਰਹਿਮਤਾਂ ਖੁਸ਼ੀਆਂ ਖੇੜੇ ਬਸ਼ ਕੇ ਨਿਹਾਲ ਕਰਨਾ। ਕਿਰਪਾ ਕਰੋ ਜੀ ਪਾਵਨ ਹੁਕਮਨਾਮੇ ਬਸ਼ ਕਰਕੇ ਚਾਦਰ ਪਾਉਣ ਦੀ ਆਗਿਆ ਬਖਸ਼ੋ, ਸੁੱਖ ਹੋਵੇ ਨਾਮ ਜਿੱਤਾ ਵੇ ਨਾਨਕ ਨਾਮ ਚੜ੍ਹ ਤੇਰੇ ਭਾਵੇਂ ਸੋਨੇ ਤੇਰੀ ਗੱਡੀ 'ਚ ਕਿਹੜਾ ਪਾਉਂਦੀ ਮੁੰਡਿਆਂ ਵਾਲਾ।
you
Oh.
ਲੜਕੇ ਵਾਲਾ ਪਰਿਵਾਰ ਪਰਿਵਾਰ ਦੇ ਮਸਲੇ ਜਿਨ੍ਹਾਂ ਦਾ ਸਿੱਧ ਭਾਈ
Thank you.
Thank you.
جس کے سر اوپر تو
Thank you.
Thank you.
I
ਚਲੋ ਫੜ ਲਓ ਜੀ ਕਰੋ ਇੱਥੇ ਮੈਨੂੰ ਏ ਰੋਇਆ ਰਾਜੇ ਭਾਈ ਕੋਲ ਵੀ ਮਿਲਣੀ ਕੰਨੀ ਜਾਣਾ ਰੋਜੇ
Thank you.
ਰਜਾਈ ਨਹੀਂ ਪਰਵਾਨ ਚ ਬਚਤਰ ਸਿੰਘ ਦੇ ਫੈਸਲੇ ਕੋਰਟਾਂ ਤੇ ਕਚਹਿਰੀਆਂ ਤੇ ਥਾਂ ਤੇ ਮੁਨਸਿਫ ਨਹੀਂ ਕਰਦੇ ਰਾਤੀ ਡਾਂਗ ਕਰਦੀ ਹੈ ਸਮਝਿਆ Thank you very much. Thank you. ये कोरियोग्राफी तानू वाकई दिलों पसंद आई है तारी मार दो ना गप्पू मने नाम पे. Thank you very much. Thank you. थोड़ी जी का तस्वीर जाऊंगा जी. Brad Boys प्रॉब्लम में है. ये जड़ी कोरियोग्राफी तो डिसेंबर पेश की थी है ना. पंजाब सभ्याचार कला मंच के फर्स्ट अवार्ड दिनाल अवार्डेड है. ये बहुत मेहनत के नाल साडे भाई जी हरी सिंह ब्राड उन्होंने सारे मुंडियां दी जिहड़ी कोरियोग्राफी तैयार करवाई साडे कोचर ने इन्हां गभरुआं दे कोच जिहड़े ने भाई हरी सिंह ब्राड बड़ी मेहनत और लगन दे नाल कोरियोग्राफी तैयार करवाई ते पंजाब सभ्याचार कला मंच ते पेश कीता गया तो पूरे पंजाब दे विच पहले नंबर ते सामने अवार्ड मिले ते तुसीं नाल प्यार करदा हां इस कोरियोग्राफी नूं पुत जिन्ना दे बुलाउंदे बकरी तो ना सेंदे ना करदे किसे नाल कठे शादी है ना किसी तो डरते सच की भरम गवाही है ताइयों जगते हर एक पासे बल्ले बल्ले होंगी है एकदा जोर दे अणख जटावे पल्ले होंगी है क्योंकि यारी जट की तूत का मोछा कदे ना बचायो टुटदी जगे जट दे कबूतर चीने नदियों पार चुगदे दाने कब डर लाउनियां यारियां जटा दे पुत मारे नहीं होंगे जे गल जटा की करना आ जाइए तो मेरा ख्याल है सवेर तो लैके शाम हो जानी है पंजाब का जरा सभ्याचार मंच है जट कौन के गाणियां दे नाल भरिया पिया है तो गल चन्न लफ्ज़ां दे नाल नवेड़ा ते बड़ी जट दी है लकी तकदीर भाई ते सीधा वजदा निशाने उते तीर भाई ते बापू जोधा रवे नोटा दी मशीन वरगा टॉप दीआं कुड़ियां दे आउण रिश्ते ते मुंडा अड्डे नाल लगदी जमीन वरगा ਐਵੇਂ ਤਾਂ ਨਹੀਂ ਕਰਦੇ ਤਰੀਫਾਂ ਲੋਕ ਬਈ ਜੱਟਾਂ ਦੇ ਮੁੰਡਿਆਂ ਦੇ ਚਾਰ ਸ਼ੌਂਕ ਬਈ ਖੇਡਣੀ ਕਬੱਡੀ ਨਾਲੇ ਰੱਖਣਾ ਬੁਲਟ ਮੋਟੇ ਉੱਤੇ ਟੰਗੀ ਰਹਿੰਦੀ 12 ਬੋਰ ਦੀ ਤੇ ਚੌਥਾ ਸ਼ੌਂਕ ਜੱਟ ਪੀਂਦੇ ਪਹਿਲੇ ਤੋੜ ਦੀ ਇਹ ਪਹਿਲੇ ਤੋੜ ਦੀ ਵਾਲਾ ਜ਼ਮਾਨਾ ਥੋੜਾ ਘਟ ਗਿਆ ਅੱਜ ਕੱਲ ਕਿਉਂਕਿ ਅੰਗਰੇਜ਼ੀ ਚੱਲ ਪਈ ਹੈ ਤੇ ਜਿਹੜੀ ਘਰ ਦੀ ਕੰਡੀ ਹੁੰਦੀ ਸੀ ਨਾ ਲੈਚੀਆਂ ਪਾ ਕੇ ਅੰਗੂਰ ਪਾ ਕੇ ਗੁੜ ਪਾ ਕੇ ਕਾੜੀ ਹੁੰਦੀ ਸੀ ਜਿਹੜੇ ਪੁਰਾਣੇ ਬਜ਼ੁਰਗ ਮੇਰੇ ਬੈਠੇ ਨੇ ਇਹਨਾਂ ਨੂੰ ਪਤਾ ਹੁੰਦਾ ਕੀ ਨਜ਼ਾਰਾ ਹੁੰਦਾ ਸੀ ਅੱਜ ਅੱਧਾ ਨਜ਼ਾਰਾ ਤਾਂ ਅੰਗਰੇਜ਼ੀ ਨੇ ਮਾਰਤਾ ਤੇ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਤੋ ਅਗਲੀ ਜਿਹੜੀ ਕੋਰੀਓਗ੍ਰਾਫੀ ਕਰੇ ਰੂਬਰੂ ਤੁਹਾਡੇ ਮਖਾਤੇ ਤੋ ਬਾਹਰ ਕੋਈ ਸਾਨੂੰ ਜਾਣਦੇ ਪੰਜਾਬੀ ਸ਼ੇਰਾਂ ਵਰਗੇ ਗੱਭਰੂ ਪੰਜਾਬੀਆਂ ਦੀ ਸ਼ਾਨ ਭੰਗੜਾ ਤੋ ਵੀ ਤਾਂ ਸਿਮੀ ਦੀ ਸ਼ਰਾਰਾ ਦੀ ਸੋਹਣੀ ਕੋਰੀਓਗ੍ਰਾਫੀ ਕਰੇ ਰੂਬਰੂ ਤੁਹਾਡੇ ਮਖਾਤੇ ਅਮੇ ਸਿਮੀ
ਪੱਕੀ ਗੱਲ ਆ ਠੀਕ ਹੈ ਮਾਰੋ ਇੱਧਰ ਸਾਰੇ ਉਹ ਮਾਰਾ ਡੈਸਟੀ ਮੈਂ ਹੀ ਤਾਂ ਡੇਲ ਨਹੀਂ ਆ ਜੀ ਸਾਡੇ ਮਾਰਕਾਂ ਦੇ ਨਾਲ ਇੰਦ ਤੁਰਨਾ ਤੁਰੀ ਤੁਰੀ ਮੈਂ ਨੱਚ ਨੱਚ ਕੇ ਪਹਿਲੇ ਜੱਗ ਦੀ ਨਜ਼ਰ ਤੈਨੂੰ ਲੱਗ ਜੂ ਰੇਹਾ ਤੂੰ ਕਲ ਬਚ ਬਚ ਕੇ ਤੇਰੇ ਰੰਗ ਦੀਆਂ ਗੱਲਾਂ ਮਰ ਜਾਣਗੀਆਂ ਨਹੀਂ ਤੇਰੇ ਰੂਪ ਦੀਆਂ ਗੱਲਾਂ ਮਰ ਜਾਣਗੀਆਂ ਨਹੀਂ ਲੋਕ ਖਾਂ ਖਾਂ ਕਰਦੇ ਕਿਤੇ ਸਾਹਬ ਦੀ ਪ੍ਰੇਮ ਗੱਬ ਜਾਣੀਏ ਇਹ ਦਿਲ ਸਾਡੇ ਨਾ ਕਰਦੇ ਮੈਂ ਸ਼ੁਭੰਦਾ ਰੋਡ ਫੈਮਿਲੀ ਮੈਂਬਰਸ ਦੁੱਲਾ ਸਾਹਿਬ ਰਾਜਵਿੰਦਰ ਸਿੰਘ ਜੀ ਘੁੰਮਣ ਸਾਹਿਬ ਔਰ ਦੁੱਲਾ ਸਾਹਿਬ ਕਿਰਨਦੀਪ ਕੌਰ ਜੀ ਚੰਗਣਾ ਪਿਓ ਬ੍ਰਾਈਡਲਸ ਪਾਕੀ ਜੋੜੀ ਜਿਨ੍ਹਾਂ ਦੇ ਆਨੰਦ ਕਾਰਜਾਂ ਦੀਆਂ ਰਸਮਾਂ ਜਿਨ੍ਹਾਂ ਦੇ ਵਿਆਹ ਦੀਆਂ ਰਸਮਾਂ ਸਮੂਹ ਘੁੰਮਣ ਪਰਿਵਾਰ ਦੇ ਵੱਲੋਂ ਔਰ ਦੁੱਲਾ ਸਾਹਿਬਾਂ ਦੇ ਪਰਿਵਾਰ ਦੇ ਵੱਲੋਂ ਪੂਰੇ ਸ਼ਗਨਾਂ ਦੇ ਨਾਲ ਪੂਰੇ ਰੀਤਾਂ ਰਿਵਾਜ਼ ਦੇ ਨਾਲ ਅਦਾ ਹੋ ਰਹੀਆਂ ਨੇ ਬਹੁਤ ਸਾਰੀ ਮੁਬਾਰਕਬਾਦ ਔਰ ਦੁੱਲਾ ਸਾਹਿਬ ਦੇ ਡੈਡੀ ਜੀ ਬਹੁਤ ਹੀ ਰਿਸਪੈਕਟਡ ਸਰਦਾਰ ਮਹਿੰਦਰ ਸਿੰਘ ਜੀ ਘੁੰਮਣ ਸਾਹਿਬ ਔਰ ਦੁੱਲਾ ਸਾਹਿਬ ਦੇ ਮੰਮੀ ਜੀ ਨਜਵਾਨ ਔਰ ਮੰਮੀ ਜੀ ਔਰ ਡੈਡੀ ਜੀ ਨੂੰ ਉਹਨਾਂ ਦੇ ਨਾਮ ਦੇ ਸਪੁੱਤਰ ਦੇ ਗਾ ਦੀ ਬਹੁਤ ਸਾਰੀ ਮੁਬਾਰਕਬਾਦ ਔਰ ਦੁੱਲਾ ਸਾਹਿਬ ਦੇ ਡੈਡੀ ਜੀ ਸਰਦਾਰ ਡਾਕਟਰ ਸਰਦਾਰ ਅੰਗਰੇਜ਼ ਸਿੰਘ ਜੀ ਮੰਮੀ ਜੀ ਕੋਲ ਵਾਪਸ ਆਉਂਦੇ ਦੁੱਲਾ ਸਾਹਿਬਾਂ ਦੇ ਸਮੂਹ ਪਰਿਵਾਰ ਨੂੰ ਬਹੁਤ ਸਾਰੀ ਮੁਬਾਰਕਬਾਦ ਔਰ ਦੁੱਲਾ ਸਾਹਿਬ ਦੇ ਲਾਡਲੇ ਜੀ ਵੀਰੇ ਭਾਈ ਹਰਪ੍ਰੀਤ ਸਿੰਘ ਜੀ ਘੁੰਮਣ ਸਾਹਿਬ ਇੱਕ ਅੰਗਰੇਜ਼ ਸਟੇਟ ਆਫ ਅਮਰੀਕਾ ਵਾਲੇ ਤਾਂ ਦੋ ਸ਼ੁਕਰਗੁਜ਼ਾਰ ਤੇ ਬਹੁਤ ਸਾਰੀ ਮੁਬਾਰਕਬਾਦ ਭਾਈ ਜਸ਼ਨ ਅਲੀ ਜੀ ਤੇ ਭਾਈ ਰਾਜਪਾਲ ਬਾਲਾ ਜੀ ਭਾਈ ਪ੍ਰਮੇਂਦਰ ਮੱਲੀ ਜੀ ਜਸਪ੍ਰੀਤ ਭਾਈ ਜੀ ਪੰਜਾਬੋਂ ਸਵਾਲੇ ਤੇ ਭਾਈ ਜਗਦੀਪ ਮੱਲੀ ਜੀ ਤੇ ਦੁੱਲਾ ਸਾਹਿਬ ਦੇ ਸਾਰੇ ਯਾਰ ਦੋਸਤ ਤੇ ਟੀਮਾਂ ਵਨ ਵੇ ਵਨ ਆਪਾਂ ਸਾਰੇ ਹੋਰ ਰਲ ਮਿਲ ਕੇ ਡਾਂਸ ਪ੍ਰੋਗਰਾਮ ਵੀ ਆਉਣਾ ਹੈ ਪਰ ਉਸ ਤੋਂ ਪਹਿਲਾਂ ਕੁਝ ਬਿਹਤਰੀਨ ਅਦਾਕਾਰੀਆਂ ਜੋ ਸਾਡੇ ਸੰਗੀਤ ਪ੍ਰਵਾਸ ਦੇ ਵੱਲੋਂ ਬਿਲਕੁਲ ਤਿਆਰ ਨਹੀਂ ਤੁਹਾਡੇ ਰੂਬਰੂ ਤੁਹਾਡੇ ਮੱਥੇ ਤੇ ਇੱਕ ਵਾਰ ਫਿਰ ਤੋਂ ਪੇਸ਼ ਕਰਨ ਜਾ ਰਿਹਾ ਸੋਹਣੀ ਕੋਰੀਓਗ੍ਰਾਫੀ ਤੇ ਮੰਜ਼ਲ ਦੀ ਇੱਕ ਦਾਸਤਾਨ ਤਾਂ ਤੁਹਾਨੂੰ ਸ਼ੁਕਰਗੁਜ਼ਾਰਾਂ ਦੀ ਅਡਵਾਲ ਫੈਮਿਲੀ ਮੈਂਬਰਸ ਥੈਂਕਸ ਆਲ ਆਫ ਯੂ ਫॉर ਯਰ ਮਾਨ ਇੱਕ ਵਾਰ ਫਿਰ ਤੋਂ ਦੂਰੋਂ ਨੇੜੇ ਉੱਤੇ ਹਮਕੇ ਹੋਏ ਜਿੰਨੇ ਵੀ ਸੱਜੇ ਮਿੱਤਰ ਯਾਰ ਦੋਸਤ ਦੇ ਸੰਬੰਧੀ ਨਿੱਘਾ ਸਵਾਗਤ ਹੈ ਨਿੱਘਾ ਵੈਲਕਮ ਹੈ ਜੀ ਜੀ ਆਇਆਂ ਤੇ ਪੰਡਾਲ ਡੀਜੇ ਤੇ ਭਾਈ ਸੋਨੂ ਜੀ ਤੇ ਮੰਜ਼ਲ ਦੀ ਸੋਹਣੀ ਦਾਸਤਾਨ ਤੁਹਾਡੇ ਰੂਪ ਕੋਰੀਓਗ੍ਰਾਫੀ ਨਾਲ ਪੰਡਾਲ ਡੀਜੇ ਭਾਈ ਸੋਨੂ ਜੀ
منزل باو کی دور نہیں اے دم شکر گزار ہاں دی اینڈ ہول فیملی ممبرز اس اپن ڈال دیجے بھائی سونو جی تھینک یو ویری مچ میں کافی دیر تو دیکھ رہا سی کہ جڑا شکتی واٹر دا دور ہے پوری جوانی دے چل رہے ہاں نو ہاں پیارا ہر ایک نے اپنی اپنی جوڑیاں بنائی ہوئی نے تے میں دیکھ رہا ہوں کہ ہر ایک نے نچن دا موڈ بھی لگ بھگ میرا خیال ہے بنائی لیا ہوئی تو دلہا صاحب دے نال جڑیاں کھپیاں سجیاں باہاں دلہا صاحب دے سارے یار دوست دے لاڑ دے وڈے چھوٹے وی دے ਜਿਨ੍ਹਾਂ ਜਿਨ੍ਹਾਂ ਨੇ ਵੀ ਨੱਚਣ ਦਾ ਮੂਡ ਬਣਾ ਲਿਆ ਅਰਜਾ ਵੈਰੀ ਵੈਲ ਜਿਨ੍ਹਾਂ ਨੇ ਨੱਚਣ ਦਾ ਮੂਡ ਨਹੀਂ ਬਣਾਇਆ ਮੇਰੇ ਕਹਿੰਦੇ ਮਤਲਬ ਇੱਕ ਇੱਕ ਦੋ ਪੈਕ ਨਹੀਂ ਲਾਏ ਭਾਜੀ ਫਟਾਫਟ ਲਾ ਲਓ ਤੇ ਨੱਚਣ ਦਾ ਮੂਡ ਬਣਾ ਲਓ ਕਿਉਂਕਿ ਮੇਰਾ ਰੋਜ਼ ਦਾ 101% ਤਜਰਬਾ ਹੈ ਕਿ ਸੋ ਵੀ ਬੰਦਾ ਛੇਤੀ ਨੱਚਦਾ ਨਹੀਂ ਕੰਮ ਸੰਗ ਸੰਗ ਜੀ ਰਹਿ ਜਾਂਦਾ ਤੇ ਸੰਗ ਦੂਰ ਕਿਵੇਂ ਹੁੰਦੀ ਹੈ ਕਿ 2 ਘੁੱਟ ਪੀ ਕੇ ਬਣ ਜੇ ਬੰਦਾ ਸ਼ੇਰ ਬੋਰੀਏ ਨਹੀਂ ਗੱਲ ਸਿਰਫ 2 ਘੁੱਟ ਦੀ ਹੈ 2 ਘੁੱਟ ਅੰਦਰ ਗਈ ਨਹੀਂ ਬੰਦਾ ਸ਼ੇਰ ਤੋਂ ਬੱਬਰ ਸ਼ੇਰ ਭੰਗੜਾ ਰਿੱਚ ਲੱਗ ਜਾਂਦਾ ਅੰਦਰ ਆਪਣੇ ਬੁਬਾਰੇ ਮਾਰਨੇ ਸ਼ੁਰੂ ਕਰ ਦਿੰਦਾ ਕਿਹੜੇ ਪਾਸਿਓਂ ਬਾਹਰ ਨਿਕਲਣਾ ਕਿ 2 ਘੁੱਟ ਪੀ ਕੇ ਬਣ ਜੇ ਬੰਦਾ ਸ਼ੇਰ ਬੋਰੀਏ ਨਹੀਂ ਤੋ ਲੈਣ ਦੇਣ ਦਾ ਫਿਕਰ ਨਾ ਰਹਿੰਦਾ ਫੇਰ ਬੋਰੀਏ ਨਹੀਂ ਥੋੜੀ ਜਿਹੀ ਗੱਲ ਸੋਫੀਆਂ ਦੀ ਦੱਸ ਦਿੰਦਾ ਕਹਿੰਦਾ ਮੱਝ ਜਿਹੜੇ ਢੋਲ ਵੇਲੋ ਭੰਗੜੇ ਨੇ ਪੈਂਦੇ ਪੀਤੀ ਹਿੰਦਣਾ ਦੀ ਜੇ ਨਜ਼ਾਰੇ ਕਿਵੇਂ ਲੈਂਦੇ ਉਹ ਮੇਰਾ ਦਿਲ ਚ ਨਾ ਰਹਿ ਜੇ ਕਿਤੇ ਚਾ ਨਹੀਂ ਤੇ ਗਲੋਂ ਦੇ ਸੋਣੀਏ ਹੁੰਦੇ ਸੋਫੀਆਂ ਦੇ ਕਾਹਦੇ ਵੇਲੋ ਆ ਨਹੀਂ ਤੇ ਗੱਲ ਫਿਰ ਸੋਫੀਆਂ ਦੇ ਅੱਗੇ ਡਿੱਗਦੀ ਹੈ ਵਿੱਚ ਥੋੜੇ ਜਿਹਾ ਪਰਸਨ ਮੇਰੇ ਵਰਗੇ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ ਸੀ ਇਹਦਾ ਚਿੱਤ ਪੈਗ ਲਾਉਣੇ ਨੂੰ ਕਰਦਾ ਹੈ ਪਰ ਮੁੰਡਾ ਘਰ ਵਾਲੀ ਤੋਂ ਡਰਦਾ ਹੈ ਹੋਮ ਮਿਨਿਸਟਰ ਸਾਹਿਬ ਗ੍ਰਹਿ ਮੰਤਰਾਲੇ ਅਜ਼ਮਾ ਕੇ ਵੇਖ ਲਿਓ ਜੀ ਬੰਦਾ ਬਾਹਰ ਬੱਬਰ ਸ਼ੇਰ ਘਰੇ ਵੜਦੇ ਸਾਰ ਢੇਰ ਕਿਸੇ ਦੀ ਕੀ ਗੱਲ ਦਾ ਤੁਹਾਨੂੰ ਮੈਂ ਆਪਣੀ ਦੱਸਦਾ ਸਾਰਾ ਦਿਨ ਦੇਖੋ ਕਿੰਨੀਆਂ ਗੱਲਾਂ ਸੁਣਾਉਂਦਾ ਕਿੰਨੀਆਂ ਗੱਲਾਂ ਸੁਣਾਉਂਦਾ ਜਦੋਂ ਘਰ ਦੇ ਮੇਨ ਗੇਟ ਤੇ ਜਾ ਕੇ ਬ੍ਰੇਕ ਵੱਜਦੀ ਹੈ ਨਾ ਸਾਰੀਆਂ ਭੁੱਲ ਜਾਂਦੀਆਂ ਫਿਰ 2 ਕੰਮ ਕਰਦਾ ਜੀ ਜਿਹੜਾ ਦਿਨ ਇੱਧਰ ਚਲੇ ਜਾਂਦਾ ਜਿਹੜਾ ਦਿਨ ਉੱਧਰ ਚਲੇ ਜਾਂਦਾ ਬੋਲਦਾ ਤਾਂ ਨਹੀਂ ਕਿ ਮੂਹਰੇ ਜਵਾਬ ਪਤਾ ਨਹੀਂ ਕੀ ਮਿਲ ਜਾਣਾ ਸਿਆਣੇ ਕਹਿੰਦੇ ਇੱਕ ਚੁੱਪ ਤੇ 100 ਸੁੱਖ ਡਰ ਵੱਟ ਜ਼ਮਾਨਾ ਕੱਟ ਮਿੱਤਰਾ ਭਾਈ ਜੀ ਗੱਲਾਂ ਕਰਨਾ ਚ ਸੁੱਖ ਦੀ ਚਾਬੀ ਲੈ ਕੇ ਚੱਲੇ ਆ ਲੜ ਮੰਨ ਲਿਓ ਜ਼ਿੰਦਗੀ ਦੇ ਨਜ਼ਾਰੇ ਹੀ ਨਜ਼ਾਰੇ ਨਹੀਂ ਮੈਂ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਤੇ ਗੱਲ ਪੂਰੀ ਕਰਾਂ ਕਹਿੰਦਾ ਚਿੱਤ ਪੈਗ ਲੋਣੇ ਨੂੰ ਕਰਦਾ ਹੈ ਪਰ ਮੁੰਡਾ ਘਰ ਵਾਲੀ ਤੋਂ ਡਰਦਾ ਹੈ ਉਪਰੋਂ ਫਿਰ ਜਾਂਦਾ ਢਲਦਾ ਬੈਠਾ ਪਿਆ ਸਕੀਮਾਂ ਕੱਢਦਾ ਹੈ ਢੰਗ ਕੋਈ ਲੱਭਣਾ ਹੀ ਪੈਂਦਾ ਹੈ ਇਹਦੇ ਪਰ ਅੱਜ ਕੱਲ੍ਹ ਟਾਈਮ ਯਾਰੋ ਟਾਈਮ ਤਾਂ ਕੱਢਣਾ ਹੀ ਪੈਂਦਾ ਹੈ ਕਿਉਂਕਿ ਜ਼ਿੰਦਗੀ ਬੜੀ ਵਿਅਸਤ ਹੈ ਹਰ ਇੱਕ ਇਨਸਾਨ ਦੀ ਤੋ ਨਦੀ ਨਾਲ ਸੰਜੋਗੀ ਮੇਲੇ ਹੈ ਦੁਲਾ ਸਾਹਿਬ ਦਾ ਸਮੂਹ ਪਰਿਵਾਰ ਦੁਲਨ ਸਾਹਿਬਾਂ ਦਾ ਸਮੂਹ ਪਰਿਵਾਰ ਦੋਵੇਂ ਪਰਿਵਾਰ ਇਕੱਠੇ ਹੋਏ ਨੇ ਸਮੂਹ ਘੁੰਮਣ ਪਰਿਵਾਰ ਨੂੰ ਦੁਲਨ ਸਾਹਿਬਾਂ ਦੇ ਪਰਿਵਾਰ ਨੂੰ ਬਹੁਤ ਸਾਰੀ ਮੁਬਾਰਕਬਾਦ ਸੋ ਅਗਲਾ ਜਿਹੜਾ ਸੋਹਣਾ ਖੁਸ਼ ਹੁੰਦੇ ਅੰਦਾਜ਼ ਘੜੇ ਰੂਪ ਨੂੰ ਤੁਹਾਡੇ ਮੁਖਾਤ ਤੋਂ ਪੇਸ਼ ਕਰਨ ਜਾ ਰਹੇ ਹਾਂ ਤੋ ਦੁਲਾ ਸਾਹਿਬ ਦੇ ਯਾਰਾ ਦੋਸਤਾਂ ਨੂੰ ਖੁੱਲਾ ਸੱਦਾ ਡਾਂਸ ਫਲੋਰ ਬੜੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ ਪੰਡਾਲ ਡੀਜੇ ਬਾਈ ਸੋਨੂ ਜੀ ਪਲੀਜ਼ ਆ ਕਮ ਸਟੇਜ ਮਿਸ ਅਨੂ ਜੀ ਵਿਦ ਆ ਪੰਜਾਬੀ ਵੀ ਵਾਇਸ ਤੋ ਬਿੱਲੀ ਅੱਖ ਨਾ ਚੁਰਾਹੇ ਵਿੱਚ ਠੋਕਦਾ ਪਲੀਜ਼ ਥੈਂਕ ਯੂ ਵਜ਼ਾ ਰਵਾਨ ਅੰਦਰ ਸਿਮੀ ਜੀ ਅਨੂ ਜੀ ਅਨੂ ਜੀ ਪਲੀਜ਼
ਦੀ ਕਲੀ ਵਾਂਗੂ ਏਰੀ ਚ ਹਿੱਟ ਵਜੀ ਕਿਉਂਕਿ ਬਾਰੀਆਂ ਪਜੇਬਾ ਟਿੱਕਾ ਮੁੰਦਰੀ ਤੇ ਛੱਲਾ ਨੀ ਬਾਰੀਆਂ ਪਜੇਬਾ ਟਿੱਕਾ ਮੁੰਦਰੀ ਤੇ ਛੱਲਾ ਨੀ ਤੇਰੇ ਨਾਲ ਪੰਜ ਜਣੇ ਦਿਲ ਮੇਰਾ ਕੱਲਾ ਨੀ ਦੇਖ ਤੇਰੀ ਤੋਰਨੀ ਨੱਚ ਪਏ ਨੇ ਮੋਰਨੀ ਅੰਮ੍ਰਿਤ ਹੀ ਨੱਚਦਾ ਪਤਾਲ ਬਿੱਲੋ ਨੀ ਸਾਡਾ ਦਿਲ ਨੱਚਦਾ ਤੇਰੀ ਗੁੱਤ ਦੇ ਪਰਾਂ ਦੇ ਨਾਲ ਇਸ ਬਿਹਤਰੀਨ ਅੰਦਾਜ਼ ਤੁਮੇ ਅਨੂ ਜੀ ਕਦੋਂ ਸ਼ੁਕਰ ਗੁਜ਼ਾਰਾਂ ਜੀ ਕਿਉਂਕਿ ਗੋਰਾ ਚਿੱਟਾ ਰੰਗ ਤੇਰਾ ਪਤਲਾ ਜਿਹਾ ਲੱਕ ਨੀ ਗੋਰਾ ਚਿੱਟਾ ਰੰਗ ਤੇਰਾ ਪਤਲਾ ਜਿਹਾ ਲੱਕ ਨੀ ਸੋ ਕਾਲਜ ਚ ਵੱਜੀ ਜਿਵੇਂ ਟਾਹਲੀ ਚ ਟਰੱਕ ਨੀ ਤੇ ਹਕਮ ਬਖਤਰੀ ਦੇ ਦਿਲ ਤੇ ਫੇਰ ਗਈ ਯਾਰੀ ਨੀ ਗੋਰੇ ਰੰਗ ਨੇ ਜੱਟਾਂ ਦੀ ਮੱਤ ਮਾਰੀ ਨੀ ਕਿਉਂਕਿ ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਉਹਦਾ ਸੂਰਮੇ ਮਰਦ ਦਲੇਰ ਹੁੰਦੇ ਜਿਹੜੇ ਪੀ ਕੇ ਮੁਕਤ ਦੀ ਘਰੇ ਖਰੂਦ ਪਾਉਂਦੇ ਉਹਦਾ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਦੇਖਣਾ ਕੀ ਹੈ ਭੇਡਾਂ ਤੇ ਬੱਕਰੀਆਂ ਦਾ ਵੇਖਣ ਵਾਲੇ ਦਾ ਸਾਨਾਂ ਦੇ ਭੇਡ ਹੁੰਦੇ ਤੇ ਮੱਖਣ ਬਰਾੜਾ ਜਿੱਥੇ ਖਾਣ ਨੂੰ ਨਾਲ ਸ਼ਰਾਬ ਦੇ ਮਿਲੇ ਮੁਰਗਾ ਤੇ ਕਿੱਥੋਂ ਦਾਲ ਨਾ ਹੱਥ ਲਵੇੜ ਹੁੰਦੇ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਬਾਪੂ ਦੀ ਜੇਬ ਵਿੱਚੋਂ ਬੋਤਲ ਠੇਕੇ ਤੋਂ ਚੱਕਣੀ ਬੜੀ ਸੌਖੀ ਜਿਹੜੇ ਪੱਲਿਓ ਪੀਂਦੇ ਉਹ ਛੱਡ ਜਾਂਦੇ ਤੇ ਮੇਰੀ ਮੁਕਤ ਦੀ ਛੱਡਣੀ ਬੜੀ ਔਖੀ ਤੋ ਪੜ੍ਹਾਈ ਕਾਲਜ ਦੀ ਮੁੰਡੇ ਦੇ ਸਮਝ ਨਹੀਂ ਪੈਂਦੀ ਪਰ ਪੈਰ ਕੁੜੀ ਦੀ ਦੱਬਣੀ ਬੜੀ ਸੌਖੀ ਤੋ ਮੱਖਣ ਬਰਾੜਾ ਝੋਟਾ ਛੱਪੜ ਚੋਂ ਕੱਢੀਏ ਨਿਕਲ ਜਾਂਦਾ ਹੈ ਪਰ ਜਨਾਨੀ ਬਾਜ਼ਾਰ ਚੋਂ ਕੱਢਣੀ ਬੜੀ ਔਖੀ ਤੇ ਤੈਨੂੰ ਸ਼ੁਕਰ ਗੁਜ਼ਾਰ ਹਾਂ ਤੋ ਪੈਸੇ ਮੁੱਕ ਗਏ ਮੇਰੇ ਵੀ ਬਟੂਏ ਵਿੱਚੋਂ ਤੇ ਖਾਲੀ ਤੇਰਾ ਵੀ ਹੋ ਗਿਆ ਪਰਸ ਰੱਖ ਲੈ ਰੋਟੀ ਕਿਸੇ ਗਰੀਬ ਦੇ ਮੂੰਹ ਕਦੇ ਪਾਈ ਹੈ ਨਹੀਂ ਹੋਇਆ ਦੁਨੀਆ ਦੇ ਕਿੰਨਾ ਹੀ ਖਰਚ ਰੱਖ ਲੈ ਕਰਵਾ ਚੌਥ ਰੱਖਣ ਨਾਲ ਉਮਰ ਹੈ ਨਹੀਂ ਵੱਧਦੀ ਤੇ ਘਟਦੀ ਮੱਖਣ ਬਰਾੜ ਦੇ ਨਾਲ ਭਾਵੇਂ ਤੂੰ ਸ਼ਰਤ ਰੱਖ ਲੈ ਤੇ ਜੇ ਤੈਨੂੰ ਫੇਰ ਵੀ ਭੋਰਾ ਮੇਰਾ ਥੋੜਾ ਬਹੁਤਾ ਖਿਆਲ ਹੈਗਾ ਕਹਿੰਦਾ ਕਰਵਾ ਚੌਥ ਰਹਿਣ ਦੇ ਤੂੰ ਬਸ ਮੌਨ ਵਰਤ ਰੱਖ ਲੈ ਇਹ ਬੜਾ ਔਖਾ ਹੈ ਮੌਨ ਵਰਤ ਵੈਸੇ ਰੱਖਿਆ ਨਹੀਂ ਜਾਂਦਾ ਤੈ ਤੈਨੂੰ ਸ਼ੁਕਰ ਗੁਜ਼ਾਰ ਹਾਂ ਅਡਵਾਲ ਫੈਮਿਲੀ ਮੈਂਬਰਸ ਇਸ ਦਾ ਪੰਡਾਲ ਡੀਜੇ ਤੋਂ ਬਾਈ ਸੋਨੂ ਜੀ ਹੁਣ ਅਗਲੀ ਜਿਹੜੀ ਕੋਰੀਓਗ੍ਰਾਫੀ ਤੁਹਾਡੇ ਰੂਬਰੂ ਤੁਹਾਡੇ ਮੁਖਾਤਬ ਪੇਸ਼ ਕਰਵਾਉਣ ਜਾ ਰਹੇ ਹਾਂ ਪਿਓ ਤੇ ਪੁੱਤ ਦੀ ਇੱਕ ਯਾਰੀ ਤੇ ਪਿਓ ਤੇ ਪੁੱਤ ਦੀ ਇੱਕ ਪਿਆਰ ਦੀ ਦਾਸਤਾਨ ਕਿਉਂਕਿ ਜਦੋਂ ਪਿਓ ਤੇ ਪੁੱਤ ਦੀ ਜੁੱਤੀ ਦਾ ਨਾਪ ਇੱਕ ਹੋ ਜਾਂਦਾ ਹੈ ਨਾ ਤਾਂ ਸਿਆਣਿਆਂ ਦਾ ਕਹਿਣਾ ਉਹ ਯਾਰ ਹੋ ਜਾਂਦੇ ਨੇ ਦੋਸਤ ਹੋ ਜਾਂਦੇ ਨੇ ਤਾਂ ਪਿਓ ਤੇ ਪੁੱਤ ਦੀ ਯਾਰੀ ਦਾ ਸੋਹਣਾ ਖੂਬਸੂਰਤ ਅੰਦਾਜ਼ ਤੁਹਾਡੇ ਰੂਬਰੂ ਤੁਹਾਡੇ ਮੁਖਾਤਬ ਸੋ ਪੇਸ਼ ਕਰਵਾਉਣ ਜਾ ਰਹੇ ਹਾਂ ਕੋਰੀਓਗ੍ਰਾਫੀ ਦੇ ਨਾਲ ਤਾਂ ਪਿਓ ਤੇ ਪੁੱਤ ਦਾ ਸੋਹਣਾ ਪਿਆਰ ਦੀ ਦਾਸਤਾਨ ਥੈਂਕ ਯੂ ਵੈਰੀ ਮਚ ਥੈਂਕ ਯੂ ਕੀ ਹਾਲ ਚਾਲ ਆ ਤੇਰਾ ਵਧੀਆ ਬਾਪੂ ਜੀ ਤੁਸੀਂ ਸੁਣਾਓ ਠੀਕ ਠਾਕ ਆ ਪੁੱਤਰਾ ਤੇਰੀ ਯਾਦ ਆਉਂਦੀ ਸੀ ਹੋਰ ਬਾਪੂ ਜੀ ਠੀਕ ਠਾਕ ਆ ਕਦੋਂ ਮਾਰਨਾ ਗੇੜਾ ਇੰਡੀਆ ਤੁਸੀਂ ਕਹੋ ਬਾਪੂ ਜੀ ਮਾਰ ਲੈਂਦੇ ਆਪਾਂ ਆ ਜਾ ਯਾਰ ਬਥੇਰੇ ਪੈਸੇ ਕਮਾ ਲਏ ਆ ਜਾ ਹੁਣ ਤੇਰਾ ਵਿਆਹ ਵੋ ਕਰ ਦਈਏ ਉਹ ਬਾਪੂ ਜੀ ਆ ਗਿਆ ਬਸ ਫਿਰ ਮੈਂ
शुक्रगुजार हाँ जिहड़ा प्यो दे पुत दी जारी दा सोहना खूबसूरत अंदाज ताड़े रूबरू ताड़े मुखाते पेश करवाया जी ते जट औडियां च घूमदा फिरे इक बापू वाले फोड़ करके Our to all family members, thanks a lot. Thank you, Mr. Jaiwan. Because the shikle shikaita naal dabliya pyar nu. The shikle shikaita naal dabliya pyar nu. Oh, lagya tu soniya ko dilange vapar nu. Hatha diye mail kami chhad paise tele. Aa soniya, oh jaake jio diya ne mein. Because russe nu manaon da main sikh liya chaj bhi. Tumhi ko jo rakh hun lagiyan ni lajve. Rona palle paijuga je aamega ko dile. Aa soniya, oh jaake jio diya ne mein. But all family members, dilas sab niya pehna paakhiya maasiya chachiya kahiya. ਜਿਹੜੀਆਂ ਸਵੇਰ ਦੀਆਂ ਸੰਗਤੀਆਂ ਅੱਜ ਤੱਕ ਡਾਂਸ ਕਲੋਰ ਤੇ ਨਹੀਂ ਆਈਆਂ ਤੇ ਦੁੱਲਾ ਸਾਹਿਬ ਦਾ ਜਿੰਨਾ ਵੀ ਪਰਿਵਾਰ ਹੈ ਬਹੁਤ ਸਾਰੀ ਮੁਬਾਰਕਬਾਦ ਦਾ ਹੱਕਦਾਰ ਹੈ ਕਿਉਂਕਿ ਦੁੱਲਾ ਸਾਹਿਬ ਰਾਜਵਿੰਦਰ ਸਿੰਘ ਜੀ ਘੁੰਮਣ ਸਾਹਿਬ ਔਰ ਦੁੱਲਾ ਸਾਹਿਬ ਕਿਰਨਦੀਪ ਕੌਰ ਜੀ ਚੰਗਣਾ ਪਰ ਇਸ ਭਾਗੀ ਜੋੜੀ ਦੇ ਵਿਆਹ ਦੀਆਂ ਸਮੂਹ ਦੁੱਲਾ ਸਾਹਿਬ ਦੇ ਸਾਰੇ ਪਰਿਵਾਰ ਨੂੰ ਦੁੱਲਨ ਸਾਹਿਬਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਸਾਰੀ ਮੁਬਾਰਕਬਾਦ ਕਿਉਂਕਿ ਘੁੰਮਣ ਪਰਿਵਾਰ ਦੇ ਵਿੱਚੋਂ ਦੁੱਲਾ ਸਾਹਿਬ ਦਾ ਜਿੰਨਾ ਵੀ ਦਾਦਕਾ ਪਰਿਵਾਰ ਹੈ ਦਾਦਕੇ ਕਿੱਥੇ ਬੈਠੇ ਨੇ ਮੈਨੂੰ ਥੋੜ੍ਹਾ ਜਿਹਾ ਹੱਥ ਖੜੇ ਕਰਕੇ ਦਿਖਾਇਓ ਦਾਦਕੇ ਇੱਕ ਇੱਕ ਹੀ ਬਾਹ ਦਿੱਤੀ ਹੈ ਮੈਨੂੰ ਹਾਲੇ ਤੱਕ ਦਾਦਕੇ ਦੁੱਲਾ ਸਾਹਿਬ ਦੇ ਦਾਦਕੇ ਇੱਕ ਦੋ ਦੋ ਹੀ ਬਾਕੀ ਸੰਗ ਕੇ ਨਾ ਵਾਹਾਂ ਖੜੀਆਂ ਕਰੋ ਦਾਦਕੇ ਘੁੰਮਣ ਫੈਮਿਲੀ ਪਤਾ ਲੱਗੇ ਮੈਨੂੰ ਕਿੱਥੇ ਬੈਠੇ ਨੇ ਘੁੰਮਣ ਪਰਿਵਾਰ ਵਾਲੇ ਦਾਦਕੇ ਫੈਮਿਲੀ ਮੈਂਬਰ ਸੰਗ ਗਏ ਹਾਂਜੀ ਉਹ ਪਿੱਛੇ ਬਾਪੂ ਜੀ ਕਿਆ ਬਾਤ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਨਾਨਕੇ ਫੈਮਿਲੀ ਕਿੱਥੇ ਨੇ ਨਾਨਕੇ ਨਾਨਕੇ ਕਿੱਥੇ ਨੇ ਨਾਨਕੇ मेरी नजर च आ गया भी नानके ने हुण नानके गल है आज आप फटाफट लाइए रौनक क्योंकि कितने भंगड़े ने पौने रल मिल के आप खुशियां दी घड़ियां ने तो साडे वीर दा विआह ते सानू मोटे लोटे दी मोटे मोटे चाह होना चाहिए तो समूह नानका फैमिली आज एक बार लुट के मेरा मम्मी भी आ जाओ माता भी आ जाओ ਆਪਾਂ ਲਾਈਏ ਥੋੜੀ ਜਿਹੀ ਰੌਣਕ ਆ ਗਿਆ ਜੀ ਅੱਜ ਮੇਲ ਨਾਨਕਾ ਉਹਦੇ ਕੋਲ ਮੇਰੀ ਪੈਣਾ ਸੀ ਜਾਂਦੀ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ
ਨਾਨਕਾ ਮੇਰ ਹੋਈ ਨਾਨਕੇ ਗੱਜੀਆਂ ਲਗਾਉਣੇ ਆਪਾਂ ਗੱਜੀਆਂ ਲਗਾਉਣੇ ਆ ਲੋ ਜਰਾ ਦਾਦਕਿਆਂ ਨੇ ਆਪੇ ਹੀ ਭੱਜੇ ਹੋਣਾ ਜਿੱਥੇ ਜਦੋਂ ਤੁਸੀਂ ਨੱਚਣ ਲੱਗ ਗਏ ਆਓ ਬਈ ਇੱਕ ਵਾਰੀ ਨਾਨਕਾ ਮੇਰ ਲਾ ਥੋੜਾ ਜਿਹਾ ਜਰਾ ਨਾਨਕਾ ਦੀ ਬੁਲਾਈਏ ਬੱਲੇ ਬੱਲੇ ਚੱਕ ਲੈ ਬਈ ਸਾਰੇ ਹੋ ਗਏ ਥੱਲੇ ਥੱਲੇ Yeah.
ਨਾਨੀ ਜੀ ਨੇ ਨਾਨੀ ਜੀ ਨੇ ਤੋਂ ਬਹੁਤ ਸਾਰਾ ਮਾਨ ਔਰ ਦੋ ਸ਼ਗਨਾ ਬਰੀਸ ਭਾਗੀ ਜੋੜੀ ਦੁਲਾ ਸਾਹਿਬ ਰਾਜਵਿੰਦਰ ਸਿੰਘ ਜੀ ਤੋਂ ਮਨਸਾ ਔਰ ਦੁਲਨ ਸਾਹਿਬਾ ਕਿਰਨਦੀਪ ਜੀ ਤੇ ਸ਼ਗਨਾ ਬਰੀ ਜੋੜੀ ਬਿਲਕੁਲ ਹੋਣ ਜਾ ਰਹੀ ਹੈ ਆਪਣੀ ਸ਼ਾਹੀ ਤਖਤ ਦੇ ਬਰਾਜਮਾਨ ਹੋਣ ਜਾ ਰਹੀ ਹੈ ਬਹੁਤ ਸਾਰਾ ਮਾਨ ਦੁਲਾ ਸਾਹਿਬ ਦੇ ਮਾਮੀ ਜੀ ਮਾਮੀ ਜੀ ਮਾਮੀ ਜੀ ਹਰਬੰਸ ਕੌਰ ਜੀ ਔਰ ਇਧਰੋਂ ਮੰਮੀ ਜੀ ਟੋਪਲਾ ਦੇ ਜੋੜੀ ਆ ਗਈ ਹੋਵੇ ਔਰ ਦੁਲਾ ਸਾਹਿਬ ਦੇ ਮੰਮੀ ਜੀ ਰਜਵੰਤ ਕੌਰ ਜੀ ਤੋਂ 1100 ਰੁਪਏ ਦਾ ਸੋਹਣਾ ਖੁਸ਼ੂ ਦਾ ਮਾਣ ਮੰਮੀ ਜੀ ਦੇ ਵੱਲੋਂ ਤੇ ਜੁਗ ਜੁਗ ਜੋ ਜਵਾਨੀਆਂ ਮਾਣੋ ਸਾਰਾ ਪਰਿਵਾਰ ਸੀ ਤੇ ਜੋੜੀ ਡਾਂਸ ਫਲੋਰ ਤੇ ਬਿਲਕੁਲ ਆਏਗੀ ਪਰ ਉਸ ਤੋਂ ਪਹਿਲਾਂ ਸ਼ਾਇਦ ਬਾਬਿਆਂ ਦਾ ਮਲਵਈ ਸਿੱਧਾ ਜੋੜੀ ਨੂੰ ਗਾਈਡ ਕਰਕੇ ਉਹਨਾਂ ਨੇ ਸ਼ਾਹੀ ਤਖਤ ਤੇ ਪਹੁੰਚਾਉਣ ਜਾ ਰਹੇ ਹਨ ਤੇ ਪ੍ਰੋਗਰਾਮ ਚੈਨਲ ਤੋਂ ਬ੍ਰੇਕ ਕੰਨ ਨੂੰ ਵੀ ਕੋਲ ਦੋ ਆਸੀਵਾ ਦੇ ਸਾਧਨ ਨਹੀਂ ਹੈ ਤੇ ਜੋੜੀ ਨੂੰ ਉਹਨਾਂ ਨੇ ਗਾਈਡ ਕੀਤਾ ਹੈ ਜੀ ਤੇ ਆਪਾਂ ਨਾਮ ਤੇ ਗੱਲ ਕਰ ਰਹੇ ਹਾਂ ਕਿਰਨਦੀਪ ਕੌਰ ਜੀ ਸਿੰਘਾਂ ਪਰਿਸ਼ਦ ਦੀ ਜੋੜੀ ਆਪਣੇ ਸ਼ਾਹੀ ਤਖਤ ਤੇ ਬਰਾਜਮਾਨ ਹੋ ਚੁੱਕੀ ਹੈ
ਸਗਨਾ ਦੀਆਂ ਰਸਮਾਂ ਦੋਵਾਂ ਪਰਿਵਾਰਾਂ ਦੇ ਵੱਲੋਂ ਮੰਗ ਪੈ ਬਣਾ ਕੀਤੀਆਂ ਜਾਣਗੀਆਂ ਤੇ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਦੁਲਾ ਸਾਹਿਬ ਦੇ ਡੈਡੀ ਜੀ ਮਹਿੰਦਰ ਸਿੰਘ ਜੀ ਘੁੰਮਣ ਸਾਹਿਬ ਮੰਮੀ ਜੀ ਰਜਵੰਤ ਕੌਰ ਜੀ ਮੰਮੀ ਜੀ ਰਜਵੰਤ ਕੌਰ ਜੀ ਦੇ ਵੱਲੋਂ 1100 ਰੁਪਏ ਦਾ ਸੋਹਣਾ ਮਾਣ ਆਇਆ ਤੇ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਦੁਲਾ ਸਾਹਿਬ ਦੇ ਡੈਡੀ ਜੀ ਅੰਗਰੇਜ਼ ਸਿੰਘ ਜੀ ਮੰਮੀ ਜੀ ਬਲਵੰਤ ਕੌਰ ਜੀ ਦੁਲਾ ਸਾਹਿਬ ਦੇ ਲਾਡਲੇ ਦੇ ਵੀਰੇ ਭਾਈ ਹਰਪ੍ਰੀਤ ਸਿੰਘ ਜੀ ਘੁੰਮਣ ਸਾਹਿਬ ਯੂਨਾਈਟਿਡ ਸਟੇਟਸ ਆਫ ਅਮਰੀਕਾ ਵਾਲੇ ਦੁਲਾ ਸਾਹਿਬ ਦੇ ਭਾਈ ਜੀ
Thank you.
Thank you.
मैं अज तो होया तेरा कन सुनना चाहुंदे ना तेरा मैनू सुपने आउंदे ने नी मैं चढ़िया फिरदा तोड़ी We'll be right back.
Thank you.